ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਲਾਈਵ ਦੇਖ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਬਣਾ ਤੁਹਾਨੂੰ ਪਤਾ ਮਸਲਾ ਕਾਫੀ ਭੜਕ ਚੁੱਕਿਆ ਹੋਣਾ ਅਤੇ ਤਿੰਨ ਮੁੱਦਿਆਂ 'ਤੇ ਗੱਲ ਕਰਨੀ ਆ ਪੂਰੀ ਠੀਕ ਆ ਨੰਬਰ ਇੱਕ ਸਭ ਤੋਂ ਪਹਿਲਾਂ ਤੁਹਾਨੂੰ ਗੱਲ ਆ ਦਿੰਦਾ ਵੀ ਵਧਾਵੇ ਬਈ ਵਧਾਵੇ ਨੇ ਠੀਕ ਆ ਆਪਣਾ ਉਹਦੇ ਨਾਲ ਕੋਈ ਹੁਣ ਰੌਣਾ ਨਹੀਂ ਗਾ ਠੀਕ ਆ ਉਹਨੇ ਉਹਦਾ ਸਾਡਾ ਉਹਦੇ ਨਾਲ ਨਿਬੜ ਚੁੱਕਿਆ ਜਿਵੇਂ ਸਾਨੂੰ ਉਹਨੇ ਮੰਨ ਕੇ ਤਾਂ ਰਿਪਲਾਈ ਅਸੀਂ ਲੋਕਾਂ ਰਿਪਲਾਈ ਕਰਤਾ ਰੰਧਾਵੇ ਨੂੰ ਰਲਾਵਾ ਕਹਿੰਦਾ ਵੀ ਮੈਨੂੰ ਲੋਕਾਂ ਨੇ ਚੱਕ ਦੇ ਕੇ ਬੁਲਾਇਆ ਕਹਿੰਦਾ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਕਹਿੰਦਾ ਮੈਨੂੰ ਲੋਕ ਫੜ ਲਏ ਨਹੀਂ ਕਹਿੰਦਾ ਫਿਰ ਤੁਸੀਂ ਲੈਕਚਰ ਦੇ ਬੋਲ ਬੋਲ ਚੱਕ ਦੇ ਕੇ ਬੁਲਾਇਆ ਅਤੇ ਉਹ ਲਾਇਵ ਵੀ ਸਾਰਾ ਡਿਲੀਟ ਕਰ ਗਿਆ ਅਤੇ ਹੁਣ ਗੱਲ ਕਰਦੇ ਹਾਂ ਹੁਣ ਕਰ ਹਾਂ ਹੁਣ ਦੂਜੀ ਆ ਗਈ ਲੱਖਾਂ ਸਾਹਿਬ ਵਾਲੀ ਗੱਲ ਵੀ ਲੱਖਾਂ ਸਾਹਿਬ ਅੱਜ ਪਿੰਡ ਪਹੁੰਚਿਆ ਅਸੀਂ ਸਾਡੇ ਪਿੰਡ ਦੇ ਸਰਪੰਚ ਨੂੰ ਕਹਿ ਚੁੱਕੇ ਸੀਗੇ ਵੀ ਬਾਈ ਅਸੀਂ ਗਲਤੀ ਮੰਨਣ ਨੂੰ ਤਿਆਰ ਹਾਂ ਵੀ ਠੀਕ ਆ ਜਦੋਂ ਲੋਕਾਂ ਨੇ ਕਹੋ ਦਿਲਾਂ ਨੂੰ ਠੇਸ ਪਹੁੰਚ ਜਾਂਦੇ ਸੀ ਵੀ ਗਲਤੀ ਮੰਨਣ ਨੂੰ ਤਿਆਰ ਅਸੀਂ ਉਹਨੂੰ ਕਹਿਤਾ ਸੀਗਾ ਵੀ ਜਦੋਂ ਤੁਸੀਂ ਬੁਲਾਏਗਾ ਅਸੀਂ ਉੱਥੇ ਜਾਣ ਨੂੰ ਤਿਆਰ ਹਾਂ ਠੀਕ ਹੈ ਇਹ ਗੱਲ ਹੋ ਚੁੱਕੀ ਸੀ ਅਸੀਂ ਵੀ ਉੱਥੇ ਜਾਵਾਂਗੇ ਅਤੇ ਉੱਥੇ ਤਿਆਰ ਹਾਂ ਫਿਰ ਇਹਨਾਂ ਨੇ ਕੀ ਕਰਿਆ ਭਰਾਵੋ ਇਹਨਾਂ ਟਰਾਲੀਆਂ ਭਰ ਕੇ ਸਾਡੇ ਪਿੰਡ ਪਹੁੰਚ ਕੇ ਲੱਖਾਂ ਵਧਾਉਣਾ ਮੈਂ ਲੱਖੇ ਦਾਣੇ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਵੀ ਭਰਾਵਾ ਅਸੀਂ ਤਾਂ ਐਡਾ ਵੱਡਾ ਕੁਛ ਕਰਿਆ ਵੀ ਨਹੀਂ ਗਾ ਜਿੱਦਾਂ ਵੀ ਤੂੰ ਸਾਡੇ ਠੀਕ ਆ ਆ ਚੜ੍ਹ ਕੇ ਖਿਲਾਫ ਆ ਗਿਆ ਦੂਜੀ ਗੱਲ ਲੱਖੇ ਸਧਾਣਾ ਸਾਡੇ ਰਾਤ ਪਿੰਡ ਵੀ ਜਾ ਕੇ ਆਇਆ ਉਹਨੂੰ ਵੀ ਅਸੀਂ ਉਦੋਂ ਗੱਲ ਕਹਿੰਦੇ ਸੀ ਅਸੀਂ ਠੀਕ ਆ ਵੀ ਅਸੀਂ ਆਪਣਾ ਹੋ ਗਈ ਕਹਿੰਦਾ ਨੇ ਵੀ ਅਸੀਂ ਮਾਫ਼ੀ ਮੰਗਣ ਨੂੰ ਤਿਆਰ ਹਾਂ ਠੀਕ ਆ ਵੀ ਜੇ ਤੂੰ ਇੰਨੀ ਗੁੱਸੇ ਕਰਦੀ ਮਾਫ਼ੀ ਮੰਗਣ ਨੂੰ ਤਿਆਰ ਹਾਂ ਠੀਕ ਹੈ ਉਹ ਸਾਡੇ ਪਿੰਡਾਂ 'ਚ ਟਰਾਲੀਆਂ ਭਰ ਕੇ ਆ ਗਿਆ ਵੀ ਪਤਾ ਨਹੀਂ ਕਰੋ ਵੀ ਮੈਂ ਆਪਦੀਆਂ ਵੋਟਾਂ ਇਕੱਠੇ ਕਰਦਾ ਲੋਕਾਂ ਨੂੰ ਇਕੱਠਾ ਕਰਦਾ ਮੇਰੇ ਭਾਈ ਮੈਂ ਜਾ ਰਿਹਾ ਅਸੀਂ ਤਾਂ ਬਾਈ ਐਡਾ ਵੱਡਾ ਕੁਛ ਕਰਿਆ ਵੀ ਨਹੀਂ ਤੂੰ ਤਾਂ ਜਿਹਨਾਂ ਤੇਰੇ ਦੇ ਕਿੰਨੇ ਵੱਡੇ ਪਰਚੇ ਨੇ ਮਾਵਾਂ ਦੇ ਪੁੱਤ ਮਰਵਾ ਦੇ ਇਸ ਤਾਂ ਇਹੋ ਕੁਛ ਬੋਲੇ ਵੀ ਨਹੀਂਗੇ ਪਰ ਹੁਣ ਵੀ ਮਾਫ਼ੀ ਮੰਗਣ ਨੂੰ ਤਿਆਰ ਸਾਨੂੰ ਲੱਖਾਂ ਸਧਾਣਾ ਲੈ ਕੇ ਗੱਲ ਦੇ ਦੇ ਵੀ ਮੈਂ ਤੁਹਾਡੀ ਸਾਰੀ ਉਹਦਾ ਜ਼ਿੰਮੇਵਾਰ ਹਾਂ ਸਾਡੇ ਗੈਂਗਸਟਰ ਸਾਨੂੰ ਟਿਕਣ ਦੇ ਧਮਕੀਆਂ ਸਾਨੂੰ ਇਹ ਤੁਹਾਨੂੰ ਮਾਰਾਂਗੇ ਕੋਈ ਚੱਕਰ ਨਹੀਂ ਮਾਰ ਦਿਆ ਠੀਕ ਹੈ ਹਰ ਇੱਕ ਬੰਦੇ ਨੇ ਹੀ ਇੱਕ ਦਿਨ ਮਰਨਾ ਜਦੋਂ ਉਹਦੀ ਆ ਲੱਗੀ ਉਹਨੂੰ ਕੋਈ ਨਹੀਂ ਰੋਕ ਸਕਦਾ ਅਸੀਂ ਗਲਤੀ ਵੀਡੀਓ 'ਤੇ ਮੰਨਣ ਨੂੰ ਤਿਆਰ ਹਾਂ ਪਰ ਲੱਖਾਂ ਸਧਾਣਾ ਸਾਨੂੰ ਇਹ ਗੱਲ ਲਿਖ ਕੇ ਦੇ ਦੇ ਵੀ ਅਸੀਂ ਤੁਹਾਡੀ ਜੇ ਵੀ ਤੁਹਾਨੂੰ ਕੋਈ ਮਾਰ ਗਿਆ ਮੈਂ ਉਹਦਾ ਜ਼ਿੰਮੇਵਾਰ ਹਾਂ ਅਸੀਂ ਉਹਦੀ ਉੱਥੇ ਜਾ ਕੇ ਗਲਤੀ ਮੰਨਾਂਗੇ ਸਟਾਫ ਪੇਪਰ ਸਾਨੂੰ ਇਹ ਲਿਖ ਕੇ ਦੇ ਦੇ ਸਾਨੂੰ ਹਰ ਇੱਕ ਸਮੇਂ ਧਮਕੀਆਂ ਜਾਂਦੇ ਨੇ ਯਾਰ ਦੱਸੋ ਹੁਣ ਕੀ ਖਿਆਲ ਆ ਇਹਦੇ ਬਾਰੇ ਦੱਸੋ ਬਾਪਿਓ ਗੱਲਬਾਤ ਤਾਂ ਇੱਥੇ ਸਾਡੇ ਸਰਪੰਚ ਨਾਲ ਗੱਲਬਾਤ ਹੋ ਗਈ ਸਰਪੰਚ ਕਹਿੰਦਾ ਵੀ ਰਾਵਣ ਬਾਲ ਦੇ ਕਹਿੰਦਾ 7-8 ਕੁ ਬੰਦੇ ਆਉਣਗੇ ਇਕੱਲੇ ਪੰਚਾਇਤ ਮੈਂਬਰ ਦੇ ਸਰਪੰਚ ਕਹਿੰਦਾ ਆਪਾਂ ਬਹਿ ਕੇ ਗੱਲਬਾਤ ਕਰ ਲਾਂਗੇ ਅਸੀਂ ਘੱਟੀ ਕਰ ਬਈ ਆ ਲਾਂਗੇ ਕੋਈ ਗੱਲ ਨਹੀਂ ਉਹਨਾਂ ਨੇ ਕੀ ਕਰਿਆ ਟਰਾਲੀਆਂ ਭਰ ਕੇ ਸਾਡੇ ਪਿੰਡ ਪਹੁੰਚ ਗਏ ਟਰਾਲੀਆਂ ਭਰ ਕੇ ਸਾਡੇ ਪਿੰਡ ਪਹੁੰਚ ਕੇ ਸਾਡੇ ਪਿੰਡ ਜਾ ਕੇ ਕਹਿੰਦੇ ਨੇ ਕਿ ਇਹਨਾਂ ਦਾ ਭਾਂਡਾ ਸੇਕੋ ਸਾਡਾ ਵੀ ਭਾਂਡਾ ਸੇਕੋ ਵੀ ਦੱਸੋ ਭੈਣ ਜੀ ਤੋਂ ਅਸੀਂ ਕਿਹਨਾਂ ਦੀ ਕੁੜੀ ਭਜਾ ਕੇ ਲੈ ਗਏ ਇਹੋ ਜਿਹੇ ਅਸੀਂ ਕੀ ਕੰਮ ਕਰਤਾ ਕਿਹਨਾਂ ਦੀ ਚੋਰੀਆਂ ਕਰ ਲਈਆਂ ਕਿਹਨੇ ਠੱਗੀਆਂ ਮਾਰ ਲਈਆਂ ਸਾਡੇ ਪਿੰਡ ਕੋਈ ਬੰਦਾ ਨਹੀਂ ਬੋਲਿਆ ਦੋ ਬੰਦੇ ਬੋਲੇ ਸੀਗੇ ਉਹਨਾਂ ਦੇ ਤੁਸੀਂ ਕਰੈਕਟਰ ਜੇ ਤੁਸੀਂ ਜਾ ਕੇ ਦੇਖ ਲਓ ਚੋਰੀਆਂ ਠੱਗੀਆਂ ਦੇ ਪਰਚੇ ਪਹਿਲੀ ਉੱਥੇ ਨੇ ਠੀਕ ਹੈ ਸਾਡੇ ਖਿਲਾਫ ਜੇ ਕੋਈ ਪਰਚਾ ਹੋਵੇ ਜਾਂ ਕੁੜੀ ਦਾ ਹੋਵੇ ਕੋਈ ਗੱਲਬਾਤ ਹੋਵੇ ਫੇਰ ਹੀ ਸਾਡੇ ਪਿੰਡ ਵਾਲੇ ਭਾਂਡਾ ਸੇਕਣਗੇ ਐਂ ਥੋੜ੍ਹਾ ਵੱਡਾ ਪਿੰਡ ਵਾਲੇ ਭਾਂਡਾ ਸੇਕ ਦੇਣਗੇ ਪਰ ਮੈਂ ਇਹ ਗੱਲ ਸਧਾਰਨ ਜਿਹੀ ਗੱਲ ਪੁੱਛਣਾ ਚਾਹੁੰਦਾ ਵੀ ਸਾਨੂੰ ਤੂੰ ਭਰਾਵਾ ਜਿਹਦਾ ਇਹ ਗੱਲ ਨੂੰ ਕਰਨ ਨੂੰ ਤਿਆਰ ਆ ਅਸੀਂ ਤਿਆਰ ਠੀਕ ਆ ਮਾਫ਼ੀ ਮੰਗਣ ਨੂੰ ਵੀ ਸਾਨੂੰ ਤੂੰ ਲਿਖ ਕੇ ਦੇ ਦੇ ਅੱਜ ਤਾਂ ਤੇਰੇ ਜਿੱਦਾਂ ਕੋਈ ਵੀ ਪਹਿਲਾਂ ਤਾਂ ਕਿੰਨੇ ਗਲਤੀ ਕਰਨੇ ਤਾਂ ਕੋਈ ਏਡੀ ਗਲਤੀ ਕਰੀ ਨਹੀਂ ਹੁਣ ਤੁਸੀਂ ਇਹ ਗੱਲ ਦੱਸੋ ਅਸੀਂ ਕਰੀ ਹੈ ਕੋਈ ਏਡੀ ਵੱਡੀ ਇੱਦਾਂ ਕੋਈ ਨਸ਼ਾ ਨਹੀਂ ਕਿਤੇ ਵੇਚਿਆ ਠੀਕ ਆ ਕਿਸੇ ਓਕੇ ਦੇ ਮੰਨ ਕੇ ਚੱਲ ਕਿਹਦਾ ਕੋਈ ਕਿਹਦਾ ਅਸੀਂ ਮਰਡਰ ਨਹੀਂ ਕਰਿਆ ਕੁਛ ਨਹੀਂ ਕਰਿਆ ਦੱਸੋ ਅਸੀਂ ਆ ਜਾਂ ਗਲਤੀ ਕਰੀ ਹੈ ਸਾਡਾ ਇਹ ਲਾਈਵ ਯੂਟਿਊਬ ਤੇ ਸਾਰੇ ਯਾਰ ਬੇਲੀ ਪਾ ਦਿਓ ਬਾਕੀ ਗੱਲਬਾਤ ਰੱਬ ਰੱਖਾ ਜੇ ਵੀ ਹੋਣਾ ਮਰਨਾ ਕੋਈ ਚੱਕਰ ਨਹੀਂ ਯਾਰ ਗੋਲੀ ਹਿਰਕ ਦੇ ਵੱਜ ਜਾਏ ਕਿਸੇ ਨੇ ਜਦੋਂ ਜਿਹੜੇ ਬੰਦੇ ਨੇ ਮਰਨਾ ਉਹ ਪਰਮਾਤਮਾ ਲਿਖਿਆ ਪਿਆ ਮਰਨਾ ਜਿਹੜੇ ਤਰੀਕੇ ਸਾਡੇ ਪਿੰਡ ਆ ਕੇ ਬੋਲਦੇ ਗਿਆ ਕਹਿੰਦੇ ਜਿਵੇਂ ਚਮਕੀਲੇ ਦਾ ਅੰਤ ਹੋਇਆ ਸੀ ਉਵੇਂ ਕਹਿੰਦਾ ਇਹਨਾਂ ਦਾ ਅੰਤ ਹੋਊਗਾ ਚਮਕੀਲੇ ਦਾ ਅੰਤ ਹੋਇਆ ਸੀ ਕਹਿੰਦਾ ਉਵੇਂ ਇਹਨਾਂ ਦਾ ਅੰਤ ਹੋ ਸਾਡੇ ਪਿੰਡ ਸਪਸ਼ਟ ਬੋਲ ਕੇ ਗਿਆ ਕਹਿੰਦਾ ਜੇ ਸਰਕਾਰ ਨੇ ਕੁਛ ਕਰ ਲਿਆ ਨਹੀਂ ਕਹਿੰਦੇ ਅਸੀਂ ਕਰਾਂਗੇ ਚਮਕੀਲਾ ਮਰ ਗਿਆ ਫਿਰ ਕਿੱਡੀ ਗੱਲ ਤਾਂ ਸਾਰੀ ਦੁਨੀਆ ਯਾਦ ਕਰਦੀ ਅਸੀਂ ਮਰ ਜਾਂਗੇ ਟਾਈਮ ਕਲੀਅਰ ਦੁਨੀਆ ਯਾਦ ਤਾਂ ਕਰੂਗੀ ਜਿਹੜਾ ਕੁਛ ਹੋਣਾ ਤਾਂ ਹੋਣੀ ਹੈ ਬਾਕੀ ਰੱਬ ਰਾਖਾ ਜਿਹਨਾਂ ਨੂੰ ਪਤਾ ਸਾਰੇ ਗੱਲਾਂ ਦਾ ਸੱਚੀਆਂ ਗੱਲਾਂ ਦਾ ਪਤਾ ਹੀ ਹੈ ਜਿਹੜਾ ਸੱਚ ਸੀ ਉਹ ਸਾਰਾ ਇੱਕ ਦਿਨ ਮੂਹਰੇ ਆ ਹੀ ਜਾਣਾ ਸੋ ਬਾਕੀ ਬਾਬੇ ਨੂੰ ਲਾਈਵ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਜੇ ਕੱਲ੍ਹ ਨੂੰ ਗੱਲਬਾਤ ਦੇ ਤਿੰਨੇ ਬੰਦੇ ਜ਼ਿੰਮੇਵਾਰ ਨੇ ਰਾਵਣ ਬਾਲ ਦੇ ਦੋ ਮੁੰਡੇ ਦੇ ਕਿਲਾ ਕਰਦਾ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼